ਨਵਾਂਸ਼ਹਿਰ ਦਾ ਰਹਿਣ ਵਾਲਾ ਇੱਕ ਨੌਜਵਾਨ ਜੋ ਆਪਣੇ ਕਿਸੇ ਕੰਮ ਦੇ ਲਈ ਨਵਾਂਸ਼ਹਿਰ ਦੀ ਨਵੀਂ ਦਾਣਾ ਮੰਡੀ ਵਿੱਚ ਆਪਣੇ ਮੋਟਰਸਾਈਕਲ ਉੱਤੇ ਗਿਆ ਸੀ ਅਤੇ ਜਦੋਂ ਆਪਣਾ ਮੋਟਰਸਾਈਕਲ ਉਸਨੇ ਖੜਾ ਕੀਤਾ ਤਾਂ ਉਸਨੇ ਦੇਖਿਆ ਕਿ ਇੱਕ ਸੱਪ ਦਾ ਬੱਚਾ ਜੋ ਕਿ ਉਸਦੇ ਖੜੇ ਮੋਟਰਸਾਈਕਲ ਦੇ ਪਿਛਲੇ ਟਾਇਰ ਰਾਹੀਂ ਉਸਦੇ ਮੋਟਰਸਾਈਕਲ ਦੀ ਸੀਟ ਵਿੱਚ ਜਾ ਵੜਿਆ ਜਿਸ ਨੂੰ ਉੱਥੇ ਕੁਝ ਵਿਅਕਤੀਆਂ ਵੱਲੋਂ ਬੜੀ ਮੁਸ਼ਕਲ ਅਤੇ ਮੁਸ਼ਤੈਦੀ ਨਾਲ ਬਾਹਰ ਕੱਢਿਆ ਗਿਆ। ਇਸ ਸੰਬੰਧੀ ਧਰਮਵੀਰ ਨੇ ਦੱਸਿਆ ਕਿ ਉਹ ਕਰਿਆਮ ਰੋਡ ਉੱਤੇ ਡਾਕਟਰ ਕਮਲਜੀਤ ਸਿੰਘ ਦੇ ਘਰ ਨਜ਼ਦੀਕ ਰਹਿੰਦਾ ਏ। ਅੱਜ ਜਦੋਂ ਕਿਸੇ ਕੰਮ ਦੇ ਲਈ ਨਵਾਂਸ਼ਹਿਰ ਆਇਆ ਤਾਂ ਉਸਨੇ ਦੇਖਿਆ ਕਿ ਇੱਕ ਸੱਪ ਦਾ ਬੱਚਾ ਮੋਟਰਸਾਈਕਲ ਦੇ ਪਿਛਲੇ ਟਾਇਰ ਰਾਹੀਂ ਚੜ੍ਹ ਕੇ ਮੋਟਰਸਾਈਕਲ ਦੀ ਸੀਟ ਥੱਲੇ ਜਾ ਵੜਿਆ ਜਿਸ ਤੋਂ ਬਾਅਦ ਫਿਰ ਸੱਪ ਨੂੰ ਕੁਝ ਨੌਜਵਾਨਾਂ ਵੱਲੋਂ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਗਿਆ। छोटा जहा बच्चा ही आ ज्यादा नहीं बड़ा है। ओला ही करो भाई हाँ गल बननी एक मेरा नाम जी धर्मवीर हाँ मैं सरयाम रोड डॉक्टर कमल के कोल रहना ही हाँ कहते मैं जी इतने आके खड़ा सी मुझे ना कम की गल कर लगा सी मैं कम से जाना जी तो मैं इतने आया जी इदा थले तुरै जाता जी थोड़ा जी बच्चा सप्प का तो क्या कहते तुरै जाता पिछले पिछले टायर से चढ़ गया जी चढ़ के जी बिच बढ़ गया बाल जी इन्नी की गल जी फोटो वाले।